ਗੁਰੂ ਰੂਪ ਖਾਲਸਾ ਜੀ, ਗੁਰਨਾਮ ਸਿੰਘ ਬਰਾੜ ਵਾਸੀ ਅਰਖ ਵਾਲੇ ਦੇ ਢਾਡੀ ਜਥੇ ਨੂੰ ਦਿਓ ਪ੍ਰਵਾਨਗੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੁਨੀਆਂ ਉੱਤੇ ਇੱਕ ਚੰਦ ਰੋਜ਼ ਚੜ੍ਹਦਾ ਹੈ ਤੇ ਛਿਪ ਜਾਂਦਾ ਹੈ। ਇੱਕ ਦਿਨ ਇੱਕ ਗਰੀਬ ਦੀ ਕੁੱਲੀ ਵਿੱਚ ਚਾਰ ਚੰਦ ਇਕੱਠੇ ਚੜ੍ਹੇ। ਉਹ ਸੁਣੋ ਕਦ ਚੜ੍ਹੇ ਤੇ ਕਿੱਥੇ ਚੜ੍ਹੇ। ਸਰਸੇ ਸ਼ਹਿਰ ਦੇ ਨੇੜੇ ਇੱਕ ਪਿੰਡ ਵਿਗੜ ਹੈ, ਉਹ ਸਾਰਾ ਹੀ ਮੁਸਲਮਾਨਾਂ ਦਾ ਸੀ। ਉਹਦੇ ਵਿੱਚ ਇੱਕ ਸ਼ੇਰ ਅਲੀ ਖਾਨ ਨਵਾਬ 20 ਪਿੰਡਾਂ ਦਾ ਚੌਧਰੀ ਵਸਦਾ ਸੀ। ਵਿਗੜ ਵਿੱਚ ਹਲ ਪੰਜਾਲੀਆਂ ਦੇ ਕੰਮ ਕਰਨ ਵਾਲਾ ਕੋਈ ਲੁਹਾਰ ਤਖਾਣ ਨਹੀਂ ਸੀ। ਸ਼ੇਰ ਅਲੀ ਖਾਨ ਨਵਾਬ ਕੁਛ ਬੰਦੇ ਭਾਈਚਾਰੇ ਦੇ ਨਾਲ ਲੈ ਕੇ ਸ਼ਹਿਰ ਸਰਸੇ ਜਾ ਪਹੁੰਚਿਆ। ਸਰਸੇ ਵਿੱਚ ਇੱਕ ਗੁਰੂ ਨਾਨਕ ਦਾ ਪਿਆਰਾ ਲਾਲੋ ਵਰਗਾ ਭਗਤ ਮਿਸਤਰੀ ਮੀਹਾਂ ਸਿੰਘ ਰਹਿੰਦਾ ਸੀ। ਉਹਦੇ ਘਰ ਵਾਲੀ ਬੀਬੀ ਖੇਮ ਕੌਰ ਤੇ ਦੋ ਲੜਕੀਆਂ ਬੀਬੀ ਗੁਰਮੀਤ ਕੌਰ ਤੇ ਹਰਮੀਤ ਕੌਰ, ਉਹ ਚਾਰੇ ਹੀ ਗੁਰੂ ਨਾਨਕ ਦੀ ਭਗਤੀ ਵਿੱਚ ਲੱਗੇ ਰਹਿੰਦੇ ਸੀ। ਮੀਹਾਂ ਸਿੰਘ ਦੇ ਘਰ ਜਾ ਕੇ ਸ਼ੇਰ ਅਲੀ ਖਾਨ ਨੇ ਉਹਦੇ ਸਿਰ ਉੱਤੇ ਪੱਗ ਰੱਖ ਕੇ ਕਿਹਾ, ਮੀਹਾਂ ਸਿੰਘ ਮੈਨੂੰ ਕੁਰਾਨ ਦੀ ਕਸਮ, ਮੈਂ ਤੇਰਾ ਭਰਾ ਬਣ ਕੇ ਸਾਥ ਦੇਵਾਂਗਾ, ਤੂੰ ਚੱਲ ਕੇ ਸਾਡੇ ਪਿੰਡ ਦਾ ਕੰਮ ਕਰ। ਮੀਹਾਂ ਸਿੰਘ ਉਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਵਿਗੜ ਜਾਣ ਲਈ ਤਿਆਰ ਹੋ ਗਿਆ। ਮੀਹਾਂ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਇਹਨਾਂ ਜ਼ਾਲਮਾਂ ਦੇ ਜਾਲ ਵਿੱਚ ਫਸੂੰਗਾ। ਚੰਡਾਲ ਬੰਦੇ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ, ਅੱਕਾਂ ਨੂੰ ਅੰਗੂਰ ਨਹੀਂ ਲੱਗਦੇ। ਬਰਨਾਲੇ ਵਾਲੀਆਂ ਬੀਬੀਆਂ ਤੋਂ ਸੁਣੋ, ਮੀਹਾਂ ਸਿੰਘ ਦਾ ਪਰਿਵਾਰ ਧੰਨ ਗੁਰੂ ਨਾਨਕ ਦੇ ਗੁਣ ਗਾਉਂਦਾ ਸਰਸੇ ਵਿੱਚੋਂ ਵਿਗੜ ਨੂੰ ਇਉਂ ਜਾਂਦਾ ਸੀ। Oh!
ਕਹਿੰਦੇ ਨੇ ਕਿ ਧੀ ਦਾ ਧਨ ਕੌੜੀ ਵੇਲ ਵਾਂਗੂ ਵੱਧ ਜਾਂਦਾ ਹੈ। ਮੀਹਾਂ ਸਿੰਘ ਦੀਆਂ ਦੋਵੇਂ ਬੀਬੀਆਂ ਪੜ ਕੇ ਜਵਾਨ ਹੋ ਗਈਆਂ। ਉਹਨਾਂ ਦਾ ਭਗਤੀ ਭਰਿਆ ਜੋਬ ਨੂੰ ਸੌਣ ਦੀਆਂ ਘਟਾਂ ਵਾਂਗ ਛਾ ਗਿਆ। ਉਹਨਾਂ ਉੱਤੇ ਬਚਪਨ ਤੋਂ ਨਾਮ ਦਾ ਰੰਗ ਇੰਨਾ ਚੜਿਆ ਸੀ, ਉਹ ਜਿੱਧਰ ਵੀ ਜਾਂਦੀਆਂ ਬੀਜੜ ਦੀਆਂ ਗਲੀਆਂ ਤੋਂ ਹੁਸਨ ਨਾ ਝੱਲਿਆ ਜਾਂਦਾ। ਸਿਮਰਨ ਕਰਨ ਵਾਲਾ ਬੰਦਾ ਜੋਤ ਸਰੂਪ ਬਣ ਜਾਂਦਾ ਹੈ। ਨਾਮ ਰੰਗੇ ਚਿਹਰੇ ਤਾਂ ਪੱਥਰਾਂ ਨੂੰ ਪਾਣੀ ਪਾਣੀ ਕਰ ਦਿੰਦੇ ਨੇ। ਬੀਜੜ ਦੇ ਜ਼ਾਲਮ ਉਹਨਾਂ ਬੀਬੀਆਂ ਦੇ ਬੈਰੀ ਬਣ ਬੈਠੇ। ਕੋਈ ਕਹੇ ਇਹ ਤਾਂ ਸੁਰਗ ਲੋਕ ਚੋਂ ਪਰੀਆਂ ਆ ਗਈਆਂ, ਕੋਈ ਕਹੇ ਇਹ ਤਾਂ ਕੋਹੇ ਨੂਰ ਦੇ ਹੀਰੇ ਨੇ। ਬੀਜੜ ਦੇ ਜ਼ਾਲਮ ਨਾਲੇ ਤਾਂ ਉਹਨਾਂ ਦੀਆਂ ਸਿਫਤਾਂ ਕਰਦੇ ਨੇ, ਨਾਲੇ ਉਹਨਾਂ ਨੂੰ ਕਬਜ਼ੇ ਕਰਨ ਦੀਆਂ ਸਕੀਮਾਂ ਇਉਂ ਕਰਦੇ ਸੀ। ਮੇਰੇ ਦਿਲੋਂ
ਸ਼ੇਰ ਅਲੀ ਖਾਂ ਦੀ ਨਿਗਾਹ ਪੈ ਗਈਆਂ। ਤੋਬਾ ਤੋਬਾ ਕਰਦਾ ਮਸੀਤ ਵਿੱਚ ਜਾ ਵੜਿਆ। ਉਹਨੇ ਕਾਜੀ ਮੁੱਲਾ ਤੇ ਭਾਈਚਾਰੇ ਨੂੰ ਪੁੱਛਿਆ ਕਿ ਜੇ ਆਪਾਂ ਮੀਹੇ ਮਿਸਤਰੀ ਦੀਆਂ ਕੁੜੀਆਂ ਦੇ ਨਿਕਾਹ ਮੇਰੇ ਨੂਰਦੀਨ ਤੇ ਖੈਰਦੀਨ ਨਾਲ ਪੜਾ ਲਈਏ ਤਾਂ ਕੋਈ ਪਾਪ ਤਾਂ ਨਹੀਂ? ਕਾਜੀ ਮੁੱਲਾ ਕਹਿੰਦੇ ਸ਼ਰ੍ਹਾਂ ਦੇ ਮੁਤਾਬਕ ਨਿਕਾਹ ਪੜਾਏ ਜਾਣ ਤਾਂ ਕੋਈ ਪਾਪ ਨਹੀਂ। ਇਹ ਸੁਣ ਕੇ ਸ਼ੇਰ ਅਲੀ ਖਾਂ ਅੱਲਾ ਦੇ ਭੈ ਨੂੰ ਭੁੱਲ ਕੇ ਗਰੀਬਾਂ ਨਾਲ ਧੱਕਾ ਕਰਨ ਤੇ ਤੁਲ ਗਿਆ ਤੇ ਵਿਸ਼ਵਾਸ ਘਾਤੀ ਬਣ ਬੈਠਾ। ਵਿਸ਼ਵਾਸ ਘਾਤ ਇੱਕ ਮਹਾਪਾਪ ਹੈ। ਦਿੱਤੀ ਪੱਗ ਦੇ ਵਾਅਦੇ ਨੂੰ ਭੁੱਲ ਬੈਠਾ, ਲੱਗਾ ਜ਼ੁਲਮ ਕਮਾਉਣ। ਵਿਸ਼ਵਾਸ ਘਾਤੀ ਢੋਈ ਮਿਲੇ ਨਾ ਦੋਏ ਜਹਾਨ ਅੰਦਰ, ਕਿਤੇ ਬਖਸ਼ੇ ਨਾ ਜਾਣ ਵਿਸ਼ਵਾਸ ਘਾਤੀ। ਹਰ ਇੱਕ ਮਹਿਫਲ ਦੇ ਵਿੱਚ ਬਦਨਾਮ ਹੁੰਦੇ, ਥਾਂ ਥਾਂ ਮੂੰਹ ਦੀ ਖਾਣ ਵਿਸ਼ਵਾਸ ਘਾਤੀ। ਕਰਨ ਘਾਤ ਵਿਸ਼ਵਾਸ ਬਰਾੜ ਜਿਹੜੇ ਸਿੱਧੇ ਨਰਕ ਨੂੰ ਜਾਣ ਵਿਸ਼ਵਾਸ ਘਾਤੀ। ਸ਼ੇਰ ਅਲੀ ਖਾਂ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਨੂਰਦੀਨ ਤੇ ਖੈਰਦੀਨ ਨਾਲੋਂ ਇਹਨਾਂ ਲੜਕੀਆਂ ਦਾ ਧਰਤੀ ਅਸਮਾਨ ਜਿੰਨਾ ਫਰਕ ਹੈ। ਫੁੱਲਾਂ ਦੀ ਬਾਸ਼ਨਾ ਭੂੰਡ ਨਹੀਂ ਲੈ ਸਕਦੇ, ਗੰਗਾ ਦਾ ਤੇ ਸੂਰਾਂ ਦਾ ਮੇਲ ਨਹੀਂ। ਚੌਂਕੀਦਾਰ ਦੇ ਹੱਥ ਮੀਹਾਂ ਸਿੰਘ ਨੂੰ ਬੁਲਾ ਕੇ ਸ਼ੇਰ ਅਲੀ ਖਾਂ ਕਹਿੰਦਾ, ਮੀਹਾਂ ਸਿਆਂ ਤੇਤੋਂ ਇੱਕ ਮੰਗ ਮੰਗਾਂਗੇ, ਜਵਾਬ ਨਾ ਦੇ ਦੀ। ਤੇਰੇ ਘਰ ਦੋ ਹੀਰਾਂ, ਮੇਰੇ ਘਰ ਦੋ ਰਾਂਝੇ, ਤੇਰੇ ਘਰ ਦੋ ਪਰੀਆਂ, ਮੇਰੇ ਘਰ ਦੋ ਕੁਤਬ ਸਿਤਾਰੇ, ਜੋੜੀਆਂ ਮਿਲਾ ਦੇ, ਨਕਾਹ ਪੜਾ ਦੇ। ਲਾਲੋ ਬਣ ਕੇ ਭਗਤ ਦੇ ਦਿਲ ਤੇ ਸੱਟਾਂ ਇਉਂ ਮਾਰਦਾ ਸੀ।
ਪਰ ਅਸਥਾਨ ਭਗਤੀ ਭਰਿਆ ਦਿਲ ਟੁੱਟ ਕੇ ਚੂਰਾ ਚੂਰਾ ਹੋ ਗਿਆ। ਹਾਂ ਜਾਂ ਨਾ ਦਾ ਕੋਈ ਜਵਾਬ ਨਾ ਦੇ ਸਕਾ ਤਾਂ ਕਾਜੀ ਨੇ ਕ੍ਰੋਧ ਹੋ ਕੇ ਇੱਕ ਤਰਫਾ ਫੈਸਲਾ ਕਰਤਾ। ਨਕਾਹ ਦੀ ਚਿੱਠੀ ਲਿਖ ਕੇ ਮੀਹਾਂ ਸਿੰਘ ਦੀ ਜੇਬ ਵਿੱਚ ਪਾਤੀ ਤੇ ਧੱਕਾ ਮਾਰ ਕੇ ਘਰ ਨੂੰ ਤੋਰ ਦਿੱਤਾ ਤੇ ਕਹਿਤਾ, ਓਏ ਬੇਭਾਗ ਮੀਹੇ, ਏਦੂ ਚੰਗਾ ਟਿਕਾਣਾ ਕਿੱਥੋਂ ਭਾਲੇਗਾ? ਜਾ ਚੌਥੇ ਜੁਮੇ ਰਾਤ ਨੂੰ ਨਿਕਾਹ ਪੜਾਵਾਂਗੇ, ਨਿਕਾਹ ਦੀ ਤਿਆਰੀ ਰੱਖੀ। ਤਾਂ ਮੀਹਾਂ ਸਿੰਘ ਹਉ ਕੇ ਪਰਦਾ ਅਗਲੇ ਅੰਦਰ ਜਾ ਡਿੱਗਾ ਤੇ ਤਾਹਾਂ ਨਿਕਲ ਗਈਆਂ। ਖੇਮ ਕੌਰ ਤੇ ਬੀਬੀਆਂ ਭੱਜੀਆਂ, ਬੀਬੀਆਂ ਨੇ ਬਾਹੋਂ ਫੜ ਕੇ ਬੈਠਾ ਕਰਕੇ ਮੂੰਹ ਨੂੰ ਪਾਣੀ ਲਾ ਕੇ ਕਿਹਾ, ਬਾਪੂ ਕੀ ਭਾਣਾ ਵਰਤਿਆ ਏ? ਮੀਹਾਂ ਸਿੰਘ ਨੇ ਧੀਆਂ ਵੱਲ ਤੱਕ ਕੇ ਅੱਖਾਂ ਵਿੱਚੋਂ ਮੋਤੀਆਂ ਵਰਗੇ ਅਥਰੂ ਸੁੱਟ ਕੇ ਕੰਬਦੇ ਹੱਥਾਂ ਨਾਲ ਚਿੱਠੀ ਕੱਢ ਕੇ ਧੀਆਂ ਦੇ ਅੱਗੇ ਕਰ ਦਿੱਤੀ। ਚਿੱਠੀ ਪੜ ਕੇ ਮੀਹਾਂ ਸਿੰਘ ਦੇ ਪਰਿਵਾਰ ਦੇ ਚਾਰੇ ਪਾਸੇ ਗਮਾਂ ਦਾ ਹਨੇਰਾ ਇਉਂ ਛਾ ਗਿਆ ਸੀ। ਹੱਥਾਂ ਵਿੱਚ ਕਾਲਜਾ।
ਪਾਲੇ ਸੀ ਹੋਣੀ ਨੇ ਕਰੇ ਦੱਸਾਂ ਖੇ ਮਕੁਰੇ ਡੋਲੇ ਹਨ ਤੀਆਂ ਦੇ ਮੰਗੇ ਆ ਚਿੱਠੀ ਸ਼ਗਨਾ ਦੀ ਬਣ ਕੇ ਨਾਗ ਕਹਿਰ ਦਾ ਡੰਗੇ ਆ ਚਿੱਠੀ ਸ਼ਗਨਾ ਦੀ ਬਣ ਕੇ ਨਾਗ ਕਹਿਰ ਦਾ ਡੰਗੇ ਆਪਣੇ ਤਾਂ ਚਾਰਾਂ ਦੇ ਹੋਣੇ ਵਿੱਚ ਸਮਸਾਨਾ ਡੇਰੇ ਖੁਸ਼ੀਆਂ ਵਿੱਚ ਵਸਦਾ ਪਾਸੇ ਕਰਕੇ ਕਿਹਾ ਮਾਂ ਸਾਡੀ ਇੱਕ ਬੇਨਤੀ ਮੰਨ ਅਸੀਂ ਧਰਮ ਛੱਡ ਕੇ ਜੀ ਨਹੀਂ ਸਕਦੀਆਂ ਗੁਰਬਾਣੀ ਦਾ ਮਹਾਂਵਾਕ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਊ ਤਾਂ ਹੱਥੀ ਬੂਟੇ ਲਾ ਕੇ ਪੁੱਟਣੇ ਔਖੇ ਵੀ ਹਨ ਪਰ ਭਾਣਾ ਮੰਨਣਾ ਵੀ ਜ਼ਰੂਰੀ ਹੈ ਤੂੰ ਸਾਨੂੰ ਜ਼ਹਿਰ ਦਾ ਪਿਆਲਾ ਪਿਲਾ ਦੇ ਅਸੀਂ ਦੋਵੇਂ ਸੱਚਖੰਡ ਗੁਰੂ ਨਾਨਕ ਜੀ ਦੇ ਚਰਨੀ ਜਾ ਲੱਗੀਏ ਜ਼ਹਿਰ ਪਿਆਲਾ ਦਾਜ ਦਾ ਦੇ ਕੇ ਪਿਆਰੀਆਂ ਧੀਆਂ ਤੋਰ ਨੀ ਮਾਏ ਮੁੜ ਮੇਲੇ ਤਾਂ ਮੁਸ਼ਕਲ ਹੋਣੇ ਰੱਬ ਡਾਡੇ ਹੱਥ ਡੋਰ ਨੀ ਮਾਏ ਰਾਜਵੀਰ ਕੌਰ ਭਾਗੋ ਗੁਰਦੀਪ ਕੌਰ ਨੀਟੂ ਸਰੰਗੀ ਮਾਡਰ ਰਣਜੀਤ ਸਿੰਘ ਹੀਰਾ ਬਾਸੀ ਅਰਖ ਵਾਲੇ ਬਰਾੜ ਦੇ ਜਥੇ ਤੋਂ ਸੁਣੋ ਉਹ ਬੀਬੀਆਂ ਮਾਂ ਨੂੰ ਬਿਖ ਦੇਣ ਵਾਸਤੇ ਮਜਬੂਰ ਇਉਂ ਕਰਦੀਆਂ ਸੀ
ਸੀਡ ਨੇ।